ਬੋਲਿਆ ਗੁਰਦੇਵ ਵਾਹਿਗੁਰੂ ਗੁਰਦੇਵ ਜਿਹੜੇ ਨਹੀਂ ਬੋਲਦੇ ਬੋਲਿਆ ਕਰੋ ਜੈ ਗੁਰਦੇਵ ਗੁਰੂ ਦੀ ਜੈ ਜੈਕਾਰ ਕਰਿਆ ਕਰੋ ਅੱਜ ਸਾਰੀ ਸਮੁੱਚੀ ਬਸਦੀ ਦੁਨੀਆ ਭਾਰਤ ਦੀ ਦੇਸ਼ ਦੇ ਵਿਦੇਸ਼ ਵਿੱਚ ਵੱਸਦੀਆਂ ਕਰੋੜਾਂ ਦੇ ਸੰਗਤਾਂ ਜਿਨ੍ਹਾਂ ਨੂੰ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਮੰਨਦੇ ਹੋਏ ਜਗਤ ਗੁਰੂ ਮੰਨਦੇ ਹੋਏ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੋ ਅਟਲ ਜਿਹੜੀ ਬਾਣੀ ਹੈ ਉਸ ਵਿੱਚ ਗੁਰੂ ਜੀ ਦੀ ਬਾਣੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਗੁਰੂ ਦੀ ਬਾਣੀ ਹੈ ਉਹਨਾਂ ਲੋਕਾਂ ਨੇ ਬਹੁਤ ਹਦਾ ਨਾਰਾ ਮਾਰਿਆ ਸਿੱਖ ਭਾਈਚਾਰਾ ਭਗਵਾਨ ਵਾਲਮੀਕ ਸਵਾਮੀ ਜੀ ਮਹਾਰਾਜ ਡਾਕਟਰ ਅੰਬੇਦਕਰ ਸਭਾਵਾਂ ਮੁਸਲਮਾਨ ਸਭਾਵਾਂ ਸਿੱਖ ਭਾਈਚਾਰਾ ਸਮੁੱਚੀਆਂ ਸੰਗਤਾਂ ਨੇ 10 ਤਰੀਕ ਤੋਂ ਲੈ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾਇਆ ਇਹ ਮੇਰੇ ਕਹਿਣ ਦੀ ਗੱਲ ਨਹੀਂ ਹੈ ਸੁਣਨ ਵਾਲੇ ਸਰੋਤਿਆਂ ਨੂੰ ਪਤਾ ਹੈ ਜੋ ਕਿ ਸ੍ਰੀ ਗੁਰੂ ਦਾਸ ਸਾਹਿਬ ਸੰਪਦਾ ਸ਼ਹਿਰੀ ਰਜਿਸਟਰ ਪੰਜਾਬ ਸਾਡੇ ਪ੍ਰਧਾਨ ਸਾਹਿਬ ਕਲਵੰਤ ਰਾਮ ਜੀ ਭਰੋ ਮਜਾਰਾ ਖਜ਼ਾਂਚੀ ਸੰਤ ਜਸਵਿੰਦਰ ਸਿੰਘ ਜੀ ਡੇਰਾ ਸਤਿਖੰਡ ਡਾਂਡੀਆਂ ਸਾਡੇ ਪ੍ਰਚਾਰਕ ਟਹਿਮਨਾਥ ਜੀ ਡੇਰਾ ਨੰਗਲ ਜੱਸੀ ਤੱਲਣ ਜਿਹੜਾ ਕਿ ਦਿਨ ਰਾਤ ਸੁਰਜੀਤ ਖੇੜਾ ਜੋ ਕਿ ਸੇਵਕ ਹੈ ਸੰਗਤਾਂ ਦੇ ਸਾਡੇ ਸ਼ਕਤੀ ਸਾਹਿਬਾਨ ਨਿਰਮਲ ਸਿੰਘ ਜੀ ਆਵਾਦਾਨ ਮਦਰ ਰੰਧਾਵਾ ਜੀ ਸਾਡੇ ਮਾਸਟਰ ਪ੍ਰਧਾਨ ਜੀ ਵਰਕਸ਼ਾਪ ਸੈਕਟਰੀ ਜੀ ਅਤੇ ਜਿਹੜੇ ਸਾਡੇ ਅੱਜ ਨੌਜਵਾਨ ਮਿੱਤਰ ਕੇ ਸਾਹਮਣੇ ਆਏ ਆ ਉਸ ਦਿਨ ਤੋਂ ਸਰਕਾਰਾਂ ਨੇ ਵੱਖ ਵੱਖ ਸਾਡੇ ਨਾਲ ਮੀਟਿੰਗਾਂ ਰੱਖੀਆਂ ਸਾਨੂੰ ਦਿਲਾਸੇ ਦਿੱਤੇ ਹੈ ਪਰ ਇਸ ਵੇਲੇ ਜੋ ਕਿ ਬਲਦੇਵ ਜੀ ਖਹਿਰਾ MLA ਸਾਹਿਬ ਟੀਨੂ ਜੀ ਪਵਨ ਟੀਨੂ ਜੀ MLA ਸਾਹਿਬ ਚਰਨਜੀਤ ਸਿੰਘ ਜੀ ਉਟਵਾਲ ਵਿਜੇ ਸਾਂਪਲਾ ਜੀ ਸੁੱਖੀ ਡਾਕਟਰ ਸੋਹਣ ਸਿੰਘ ਠੰਡਲ ਇਹਨਾਂ ਨੇ ਸਰਕਾਰ ਦੇ ਨਾਲ ਇਹਨਾਂ ਨੂੰ ਸਰਕਾਰ ਨੇ ਜੋੜਿਆ ਅੱਜ ਦੀ ਸਰਕਾਰ ਦੇ ਨਾਲ ਜੋ ਸਾਡੀ ਮੀਟਿੰਗ ਰੱਖੀ ਇਸ ਭਵਿੰਦਰ ਜਾਧਵ ਦੇ ਨਾਲ ਅੱਜ ਮੈਂ ਸੰਗਤਾਂ 'ਚ ਇਹ ਗੱਲ ਦੱਸਣੀ ਚਾਹੁੰਦਾ ਹਾਂ ਔਰ ਬੇਨਤੀ ਹੈ ਸਮੁੱਚੀਆਂ ਸੰਗਤਾਂ ਨੂੰ ਭਾਰਤ ਦੇ ਬਸਤੀਆਂ ਨੂੰ ਤੁਹਾਡੇ ਤੋਰੇ ਹੋਏ ਇਹ ਤੁਸੀਂ ਜਾਣਦੇ ਹੋ ਜਦੋਂ ਪਹਿਲਾਂ ਮੀਟਿੰਗ ਰੱਖੀ ਤੁਸੀਂ ਕਿਹਾ ਬਾਬਾ ਜੀ ਤੁਸੀਂ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੈਡੀ ਰਜਿਸਟਰ ਪੰਜਾਬ ਦੇ ਚੇਅਰਮੈਨ ਹੋ ਅਤੇ ਦਾਸ ਵੱਲੋਂ ਚੇਅਰ ਲੱਗੀ ਸੀ ਕਾਲ ਲੱਖਾਂ ਸੰਗਤਾਂ ਰੋਡ ਜੰਮ ਕੀਤੇ ਫਿਰ 13 ਤਰੀਕ ਨੂੰ ਦਾਸ ਵੱਲੋਂ ਕਾਲ ਫਿਰ 21 ਤਰੀਕ ਨੂੰ ਕਾਲ ਜਿਹੜੀ ਕਿ ਜੰਤਰ ਮੰਤਰ ਦੇ ਅਸੀਂ ਪਹੁੰਚੇ ਹਾਂ ਉਹ ਅੱਜ ਵੀ ਦਾਸ ਤੁਹਾਨੂੰ ਇਹ ਕਹਿੰਦਾ ਵੀ ਤੁਸੀਂ ਚੇਅਰਮੈਨ ਹੋ ਤੁਸੀਂ ਪ੍ਰਧਾਨ ਹੋ ਤੁਸੀਂ ਸੈਕਟਰੀ ਹੋ ਤੁਸੀਂ ਖਜ਼ਾਨਚੀ ਹੋ ਸੇਵਾ ਕਰੋ ਅਸੀਂ ਤਾਂ ਤੁਹਾਡੇ ਚਰਨਾਂ ਦੀ ਧੂੜਿਆ ਅਸੀਂ ਅੰਦਰ ਵੜ ਕੇ ਗੱਲ ਨਹੀਂ ਕੀਤੀ ਔਰ ਰੋਡਾਂ 'ਤੇ ਆ ਕੇ ਦਿਨ ਰਾਤ ਬਿਮਾਰ ਠਮਾਰ ਘੁੰਮੇ ਹਾਂ ਸੋ ਅੱਜ ਇਹ ਮੌਕੇ ਦੀ ਸਰਕਾਰ ਨੇ ਸਾਨੂੰ ਤਸੱਲੀ ਦਵਾਈ ਹੈ ਇਹ ਮੈਂ ਸੰਗਤਾਂ ਨੂੰ ਦੱਸਾਂ ਵੀ ਜਿਹੜਾ ਕਿ ਆਪਾਂ ਕਹਿੰਦੇ ਵੀ ਯਕਦਮ ਗੱਲ ਕਰ ਲਈਏ ਅੱਜ ਸਰਕਾਰ ਨੇ ਸਾਨੂੰ ਉਸੇ ਜਗ੍ਹਾ 'ਤੇ ਗੁਰੂ ਜੀ ਦਾ ਅਸਥਾਨ ਬਣਾਉਣ ਲਈ ਔਰ ਸਰੋਵਰ ਸਾਹਿਬ ਬਣਾਉਣ ਲਈ ਮਹਾਂਪੁਰਸ਼ਾਂ ਦੀਆਂ 4 ਸਮਾਧੀਆਂ ਜਿਨ੍ਹਾਂ ਨੇ ਸੇਵਾ ਕੀਤੀ ਉਸ ਸਥਾਨ ਦੀ ਉਸੇ ਥਾਂ 'ਤੇ ਭਰੋਸਾ ਦਿੱਤਾ ਹੈ ਵੀ ਇਹ ਜਿਹੜੀ ਜ਼ਮੀਨ DTO ਕੋਲ ਚਲੇ ਗਈ ਸੀ ਔਰ ਜੱਜ ਦੇ ਕੋਲ ਇਹਦਾ ਕੀ ਅਦਲੀ ਬਦਲੀ ਕਰਕੇ 13 ਤਰੀਕ ਨੂੰ ਆਪਾਂ ਨੂੰ ਇਹ ਸਰਕਾਰ ਛੁੱਟੀ ਆ ਗਈ 13-14 ਦੇ ਵਿੱਚ ਆਪਾਂ ਨੂੰ ਇਹ ਸਪੁਰਦ ਕਰ ਦੇਵੇਗੀ ਜ਼ਮੀਨ ਜਿਹੜੀ ਹੈ ਉਹਨਾਂ ਨੇ ਐਲਾਨ ਕਰ ਦਿੱਤਾ ਅਸੀਂ ਮੰਗ ਰੱਖੀ ਵੀ ਜਿਹੜੇ ਸਾਡੇ 96 ਮੁੰਡੇ ਨੌਜਵਾਨ ਦਰਸ਼ਨ ਕਰਨ ਵਾਲੇ ਉਹ ਵੀ ਅੰਦਰ ਹੈ ਉਹ ਵੀ ਰਿਹਾ ਕੀਤੇ ਜਾਣ 150 ਲਗਭਗ ਜੋ ਕਿ ਪੰਜਾਬ ਵਿੱਚ ਟ੍ਰੇਨ ਦੇ ਨਾਲ ਪਰਚੇ ਦਰਜ ਉਹ ਵੀ ਰੱਦ ਕੀਤੇ ਜਾਣ ਸੁਹੰਗੜਾ ਸਾਹਿਬ ਔਰ ਸਰਕਾਰ ਨੇ ਸਾਨੂੰ ਪੂਰੀ ਤਸੱਲੀ ਦਿੱਤੀ ਹੈ ਵੀ 1-2 ਦਿਨ ਦੇ ਵਿੱਚ ਅਸੀਂ ਉਹ ਵੀ ਸਾਰੇ ਰਿਹਾ ਕਰ ਦੇਵਾਂਗੇ ਸਾਧ ਸੰਗਤ ਜੀ ਉਹ ਯਾਦ ਰਹੇ ਜੋ ਕਿ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਦਾ ਸਾਰੀ ਰਜਿਸਟਰ ਪੰਜਾਬ ਦੇ ਪ੍ਰਧਾਨ ਕਲਵੰਤ ਰਾਮ ਜੀ ਦਾਸ ਚੇਅਰਮੈਨ ਖਜ਼ਾਨਚੀ ਜਸਵਿੰਦਰ ਸਿੰਘ ਔਰ ਸੈਕਟਰੀ ਨਰਮਲ ਸਿੰਘ ਜੀ ਔਰ ਪ੍ਰਚਾਰਕ ਟਹਿਨਾਥ ਜੀ ਸੰਗਤਾਂ ਦਾ ਕੁੱਟ ਪੁੱਤਰ ਬਾਅਦ ਅਸੀਂ ਜਿਹੜੇ ਮੌਕੇ ਦੀ ਸਰਕਾਰ ਦੇ ਇਹ ਲੀਡਰ ਸਵਰ ਖੜੇ ਆ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਨੂੰ ਸਰਕਾਰ ਨਾਲ ਮਿਲਾਇਆ ਇਹਨਾਂ ਨੇ ਸਾਡੀ ਗੱਲਬਾਤ ਬਹੁਤ ਚੰਗੇ ਢੰਗ ਨਾਲ ਉਹਨਾਂ ਨੇ ਸੁਣੀ ਹੈ ਪਰ ਬਾਕੀ ਬੇਨਤੀ ਕਰਦੇ ਹਾਂ ਸੰਗਤਾਂ ਨੂੰ ਹੁਣ ਜੋ ਸਾਡੇ ਕੋਲ ਮੈਸੇਜ ਆ ਗਿਆ ਇਹਨਾਂ ਦੇ ਰਾਹੀਂ ਉਹ ਅਸੀਂ ਤੁਹਾਨੂੰ ਦੱਸ ਦਿੱਤਾ ਹੈ ਹੁਣ 13-14 ਤੋਂ ਬਾਅਦ ਪਤਾ ਲੱਗੇਗਾ ਕੀ ਬਣਦਾ ਜੈ ਗੁਰਦੇਵ ਤੁਸੀਂ ਮੀਟਿੰਗ ਤੋਂ ਸੰਤੁਸ਼ਟ ਹੋ ਜਿਹੜੀ ਅਸੀਂ ਜਿਹੜੀ ਮੀਟਿੰਗ ਕੀਤੀ ਆ ਅੱਜ ਤੱਕ ਸਾਨੂੰ ਕਿਸੇ ਨੇ ਤਸੱਲੀ ਨਹੀਂ ਦਿੱਤੀ ਉਹ ਦਿੰਦਿਆਂ ਨੀ ਅਸੀਂ ਰੋਂਦੇ ਫਿਰਦੇ ਹਾਂ ਅਸੀਂ ਤਾਹਾਂ ਮਾਰਦੇ ਸਾਡੀਆਂ